ਹਰ ਸਿੰਘ ਜੀ, ਜੇ ਕਿਸੇ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਭਾਈ ਕੈਂਠੇ ਨੂੰ ਵੀ ਤਾਂ ਤੜਫ ਹੀ ਲੱਗੀ ਸੀ। ਭਾਈ ਕੈਂਠਾ ਉਹਨੇ ਸੁਣਿਆ ਸੀ ਮਹਾਰਾਜ ਬਾਰੇ, ਮਹਾਰਾਜ ਬਾਰੇ ਭਾਈ ਕੈਂਠੇ ਨੇ ਸੁਣਿਆ ਸੀ ਵੀ ਸਤਿਗੁਰੂ ਕਲਗੀ ਸਜਾਉਂਦੇ ਨੇ, ਬੜੇ ਸਿੰਘ ਨੇ ਮਹਾਰਾਜ ਨਾਲ, ਘੋੜ ਸਵਾਰ ਨੇ, ਮਾਰੇ ਪਿਆਰ ਬੜਾ ਕਰਦੇ ਨੇ, ਮਾਰੇ ਤੇ ਬੜਾ ਕਰਦੇ ਨੇ। ਭਾਈ ਕੈਂਠਾ ਸੀ ਜਿਹੜਾ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ, ਨੇਤਰਾਂ ਤੋਂ ਦਿਸਦਾ ਨਹੀਂ ਸੀ, ਉਹਨੂੰ ਵਿਰਾਗ ਬੜਾ ਸੀ, ਅੰਦਰ ਲਗਨ ਬੜੀ ਸੀ ਦਰਸ਼ਨ ਦੀ ਮਹਾਰਾਜ ਦੇ। ਕੋਈ ਸਮਾਂ ਆਵੇ, ਕੋਈ ਸਮਾਂ ਬਣੇ, ਮੈਂ ਮਹਾਰਾਜ ਦੇ ਦੀਦਾਰ ਕਰ ਲਾਂ, ਦਰਸ਼ਨ ਹੋ ਜਾਣ, ਤੜਫ ਸੀ। ਸਤਸੰਗ ਜੀ, ਇੱਕ ਦਿਨ ਭਾਈ ਕੈਂਠਾ ਦਿਲੋਂ ਅਰਦਾਸ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ, ਇੱਕ ਦਿਨ ਭਾਈ ਕੈਂਠਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਦਿਲੋਂ ਬੇਨਤੀ ਕਰਦਾ, ਅਰਦਾਸ ਕਰਦਾ, ਕਹਿੰਦਾ ਮਹਾਰਾਜ ਜੀ, ਮੈਨੂੰ ਅੱਖਾਂ ਤੋਂ ਦਿਸਦਾ ਨਹੀਂ, ਨੇਤਰਾਂ ਤੋਂ ਦਿਸਦਾ ਨਹੀਂ, ਅੱਖਾਂ ਤੋਂ ਸੂਰਮਾ ਸਿੰਘ ਜੋਤ ਹੈ ਨਹੀਂ ਅੱਖਾਂ ਦੀ, ਪਰ ਮੇਰਾ ਦਿਲ ਕਰਦਾ ਮੈਂ ਤੁਹਾਡੇ ਦਰਸ਼ਨ ਕਰਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਮੈਂ ਦੀਦਾਰ ਕਰਨੇ ਨੇ ਤੁਹਾਡੇ, ਦਰਸ਼ਨ ਕਰਨੇ ਨੇ। ਸਾਧ ਸੰਗਤ, ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੈ। ਇੱਧਰ ਭਾਈ ਕੈਂਠਾ ਬੇਨਤੀਆਂ ਕਰਦਾ ਹੈ, ਉੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਪਹੁੰਚ ਗਈ, ਪ੍ਰਵਾਨ ਹੋ ਗਈ ਬੇਨਤੀ। ਕਿਉਂਕਿ ਸਾਧ ਸੰਗਤ ਜੀ, ਜੇ ਗੁਰੂ ਪੂਰਾ ਹੋਵੇ ਨਾ, ਮੁਰਸ਼ਦ ਪੂਰਾ ਹੋਵੇ, ਗੁਰੂ ਪੂਰਾ ਹੋਵੇ, ਫਿਰ ਆਪਾਂ ਜਿਹੜੀ ਬੇਨਤੀ ਜਿੱਥੇ ਮਰਜ਼ੀ ਬਹਿ ਕੇ ਕਰ ਲਈਏ, ਸਤਿਗੁਰੂ ਜਾਣੀ ਜਾਣ ਕਹਿੰਦੇ ਹੀ ਇਸੇ ਕਰਕੇ, ਮਹਾਰਾਜ ਤੋਂ ਬਿਨਾਂ ਹੋਰ ਸੁਣੀ ਨਹੀਂ ਕੋਈ ਵੀ ਸਕਦਾ, ਇਸੇ ਕਰਕੇ ਕਹੀਦਾ ਹੈ ਮੈਂ ਤਾਣ ਦਿਵਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ। ਸਤਸੰਗ ਜੀ, ਭਾਈ ਕੈਂਠਾ ਕਹਿੰਦਾ ਗਰੀਬ ਨਿਵਾਜ ਸੁਣ ਲਓ, ਮੇਰੀ ਬੇਨਤੀ ਸੁਣ ਲਓ, ਸੁਣੇ ਵੀ ਕੌਣ ਹੁਣ ਮਹਾਰਾਜ ਜੀ। ਹੋ ਮੇਰੇ ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ, ਮੇਰੇ ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ, ਮੇਰੇ ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ, 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 ਹੋ ਮੇਰੇ ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਚੋ ਜੀ, ਹੋਰ ਕੌਣ ਦਿਲਾਂ।
ਕਹਿੰਦਾ ਮਹਾਰਾਜ ਮੈਨੂੰ ਦਰਸ਼ਨ ਦੇ ਦਿਓ, ਦੀਦਾਰ ਹੋ ਜਾਣ ਤੁਹਾਡੇ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਭਾਈ ਕੈਂਠੇ ਦੇ ਸਾਹਮਣੇ ਖੜ ਗਏ, ਭਾਈ ਕੈਂਠੇ ਦੇ ਸਾਹਮਣੇ ਖੜ ਗਏ। ਹੁਣ ਨੇਤਰਾਂ ਤੋਂ ਦਿਸਦਾ ਨਹੀਂ, ਬੇਨਤੀਆਂ ਰੋਜ਼ ਕਰਦਾ ਸੀ। ਜਦੋਂ ਭਾਈ ਕੈਂਠਾ ਐਂ ਹੱਥ ਜੋੜ ਕੇ ਖੜਾ ਮਹਾਰਾਜ ਦੇ ਅੱਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੰਘ ਕਹਿੰਦੇ ਕੈਂਠਿਆ ਤੈਨੂੰ ਦਰਸ਼ਨ ਦੇਣ ਵਾਸਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ। ਸਰ ਸੰਗਤ ਜੀ ਰੋਜ਼ ਯਾਦ ਕਰਦਾ ਸੀ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆ ਗਏ, ਸਤਿਗੁਰੂ ਮੈਂ ਤਾਂ ਰੋਜ਼ ਹੀ ਯਾਦ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਂ ਸਾਹਮਣੇ ਖੜੇ ਤੇ ਪੁੱਛਦੇ ਨੇ ਭਾਈ ਕੈਂਠੇ ਨੂੰ, ਕੈਂਠਿਆ ਕੀ ਚਾਹੀਦਾ ਤੈਨੂੰ, ਕੀ ਚਾਹੀਦਾ, ਕੋਈ ਮੰਗ ਹੈ ਤੇਰੀ। ਮਹਾਰਾਜ ਜੀ ਮੈਂ ਤੁਹਾਨੂੰ ਬੜੀ ਬੇਸਬਰੀ ਨਾਲ ਉਡੀਕਿਆ, ਬੜੇ ਸਮੇਂ ਤੋਂ ਤੁਹਾਨੂੰ ਆਵਾਜ਼ਾਂ ਮਾਰਦਾ ਗਰੀਬ ਨਵਾਜ਼। ਮਹਾਰਾਜ ਕਹਿੰਦੇ ਅਸੀਂ ਆਏ ਹਾਂ, ਕੋਈ ਇੱਛਾ ਦੱਸ ਆਪਣੀ। ਕਹਿੰਦਾ ਮਹਾਰਾਜ ਮੈਨੂੰ ਅੱਖਾਂ ਤੋਂ ਦਿਸਦਾ ਨਹੀਂ, ਨੇਤਰਾਂ ਤੋਂ ਦਿਸਦਾ ਨਹੀਂ ਮੈਨੂੰ। ਮਹਾਰਾਜ ਮੇਰਾ ਦਿਲ ਕਰਦਾ ਹੈ ਮੇਰੀਆਂ ਅੱਖਾਂ ਖੁੱਲਣ ਤੇ ਤੁਹਾਡੇ ਰੱਜ ਰੱਜ ਕੇ ਦਰਸ਼ਨ ਕਰਨ। ਕੀ ਜੰਮਣਾ ਹੈ? ਇੱਕ ਵਾਰੀ ਖੋ ਕੇ ਅੱਖੀਆਂ ਆਏ ਬੇਨਤੀਆਂ ਕਰਦਾ, ਮਹਾਰਾਜ ਜੀ ਅੱਖਾਂ ਖੋਲ ਦੋ ਬਸ ਮੇਰੀਆਂ। ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ। ਰਾਜ ਰਾਜ ਦਰਸ਼ਨ ਪਾਵਾ, ਰਾਜ ਰਾਜ ਦਰਸ਼ਨ ਪਾਵਾ, ਰਾਜ ਰਾਜ ਦਰਸ਼ਨ ਪਾਵਾ, ਰਾਜ ਰਾਜ ਦਰਸ਼ਨ ਪਾਵਾ, ਓ ਰਾਜ ਰਾਜ ਦਰਸ਼ਨ ਪਾਵਾ, ਰਾਜ ਰਾਜ ਦਰਸ਼ਨ ਪਾਵਾ। ਇੱਕ ਵਾਰੀ ਖੋਲ ਅੱਖੀਆਂ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਰਾਜ ਰਾਜ ਕਰਦਾ ਹੈ। ਕਹਿੰਦੇ ਗੁਰੂ ਸਾਹਿਬ ਨੇ ਫਿਰ ਕਿਰਪਾ ਕੀਤੀ, ਐਸੀ ਬਖਸ਼ਿਸ਼ ਕੀਤੀ, ਭਾਈ ਕੈਂਠੇ ਦੇ ਅੱਖਾਂ ਦੀ ਜੋਤ ਆ ਗਈ, ਦਿਸਣ ਲੱਗ ਪਿਆ। ਸਾਧ ਸੰਗਤ ਜੀ ਜਦੋਂ ਭਾਈ ਕੈਂਠੇ ਦੇ ਨੇਤਰ ਖੁੱਲੇ, ਜੋਤ ਆਈ, ਅੱਖਾਂ ਖੁੱਲੀਆਂ,
ਤੇ ਸਾਹਮਣੇ ਖੜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੀ, ਦਰਸ਼ਨ ਹੋ ਗਏ ਮਹਾਰਾਜ ਦੇ। ਸਤਿਗੁਰੂ ਆਏ ਸਾਹਮਣੇ ਖੜੇ, ਜਦੋਂ ਦਰਸ਼ਨ ਦੀਦਾਰ ਹੋਏ, ਭਾਈ ਕੈਂਠਾ ਰੱਜ ਰੱਜ ਕੇ ਦਰਸ਼ਨ ਕਰਦਾ ਮਹਾਰਾਜ, ਚਰਨਾਂ ਤੇ ਸਿਰ ਰੱਖ ਕੇ ਰੋਈ ਜਾਂਦਾ। ਮਹਾਰਾਜ ਜੀ ਐਡੀ ਵੱਡੀ ਗਰੀਬ ਨਵਾਜੀ, ਗਰੀਬ ਦੀਆਂ ਬੇਨਤੀਆਂ ਸੁਣ ਕੇ ਤੁਸੀਂ ਦਰਸ਼ਨ ਦੇਣ ਆਏ ਹੋ, ਸੁਣਿਓ। ਮਹਾਰਾਜ ਕਹਿੰਦੇ ਦੱਸ ਕੀ ਚਾਹੀਦਾ। ਭਾਈ ਕੈਂਠਾ ਕਹਿੰਦਾ ਇੱਕ ਮੰਗ ਮੇਰੀ ਹੋਰ ਪੂਰੀ ਕਰ ਦਿਓ। ਕਹਿੰਦੇ ਕੀ? ਪਹਿਲਾਂ ਤਾਂ ਅੱਖਾਂ ਖੋਲੀਆਂ ਨੇ, ਪਹਿਲਾਂ ਅੱਖਾਂ ਖੋਲੀਆਂ ਤੁਸੀਂ ਮੇਰੀਆਂ, ਜਿਵੇਂ ਖੋਲੀਆਂ ਉਵੇਂ ਬੰਦ ਕਰ ਦਿਓ। ਮਹਾਰਾਜ ਕਹਿੰਦੇ ਕਿਉਂ ਬੰਦ ਕਿਉਂ ਕਰਨੀਆਂ? ਕਹਿੰਦੇ ਜਿਵੇਂ ਖੋਲੀਆਂ ਅੱਖਾਂ ਉਵੇਂ ਬੰਦ ਕਰ ਦਿਓ। ਕਿਹੜੀ ਗੱਲੋਂ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜੋਤ ਆ ਗਈ, ਹੁਣ ਅੱਖਾਂ ਬੰਦ ਕਿਉਂ ਕਰਨੀਆਂ ਨੇ? ਲੋਕੀ ਤਾਂ ਮੰਗਦੇ ਨੇ। ਭਾਈ ਕੈਂਠਾ ਕਹਿੰਦਾ ਮਹਾਰਾਜ ਜੀ ਮੈਂ ਸੰਸਾਰ ਤੇ ਦੁਨੀਆਂ ਤੇ ਅੱਜ ਤੱਕ ਕੱਖ ਨਹੀਂ ਵੇਖਿਆ, ਕੁਛ ਨਹੀਂ ਵੇਖਿਆ, ਜੇ ਦਰਸ਼ਨ ਕੀਤੇ ਨੇ ਤੇ ਤੁਹਾਡੇ ਕੀਤੇ ਨੇ, ਜੇ ਦਰਸ਼ਨ ਕੀਤੇ ਨੇ ਤੇ ਤੁਹਾਡੇ ਸਰੂਪ ਦੇ, ਤੁਹਾਡੇ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਨੇ। ਮਹਾਰਾਜ ਮੇਰੀ ਹੁਣ ਇੱਛਾ ਨਹੀਂ ਮੈਂ ਕੁਛ ਹੋਰ ਵੇਖਾਂ, ਸਾਰੀ ਜ਼ਿੰਦਗੀ ਤੁਹਾਡੀ ਮੂਰਤ ਦਾ ਧਿਆਨ ਧਰ ਕੇ ਮੈਂ ਕੱਢਣੀ ਹੈ। ਗਰੀਬਨਵਾਜ ਮੈਂ ਹੋਰ ਕੁਛ ਵੇਖਣ ਦੀ ਇੱਛਾ ਨਹੀਂ ਰੱਖਦਾ। ਤੇ ਸੁਣਿਓ, ਜਦੋਂ ਐਡੀ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੇਖੀ, ਉਸ ਵੇਲੇ ਮਹਾਰਾਜ ਕਹਿੰਦੇ ਨੇ, ਕਹਿੰਦੇ ਬੰਦ ਤਾਂ ਨਹੀਂ ਹੁੰਦੀਆਂ ਅੱਖਾਂ, ਹੁਣ ਜੋਤ ਤਾਂ ਨਹੀਂ ਤੇਰੀ ਜਾਂਦੀ, ਪਰ ਚੇਤੇ ਰੱਖੀ ਕੈਂਠਿਆ ਜੇ ਮੈਨੂੰ ਵੇਖਣ ਦੀ ਇੱਛਾ ਰੱਖਦਾ ਹੈ, ਲੈ ਚੇਤੇ ਰੱਖੀ ਅੱਜ ਤੋਂ ਬਾਅਦ ਜਿੱਧਰ ਵੀ ਵੇਖੇਗਾ, ਕਿਸੇ ਜੀਵ ਵੱਲ ਵੇਖੇਗਾ, ਮਾਤ ਲੋਕ ਦੀ ਧਰਤੀ ਤੇ ਜੋ ਦਿਸੇਗਾ ਤੈਨੂੰ ਮੇਰਾ ਹੀ ਦਰਸ਼ਨ ਦਿਸੇਗਾ, ਮੇਰੇ ਹੀ ਦਰਸ਼ਨ ਹੋਇਆ ਕਰਨਗੇ। ਅਵਨਾਸੀ ਦਰਸ਼ਨ ਬਖਸ਼ਿਸ਼ਾਂ, ਅਵਨਾਸੀ ਦਰਸ਼ਨ ਦਿੱਤੇ, ਉਸ ਦਾਤ ਦਿੱਤੀ ਮਹਾਰਾਜ ਨੇ ਅਵਨਾਸੀ ਦਰਸ਼ਨ, ਜਰਰੇ ਜਰਰੇ ਚੋਂ ਆਪਣੇ ਮਾਲਕ ਦੇ ਦੀਦਾਰ ਹੋਣ ਲੱਗ ਜਾਣ, ਜਰਰੇ ਜਰਰੇ ਚੋਂ ਮਾਲਕ ਦੇ ਦਰਸ਼ਨ ਹੋਣ ਲੱਗ ਜਾਣ। ਤੇ ਸਰ ਸੰਗਤ ਜੀ, ਜਿਹੜਾ ਤੜਫ ਰੱਖਦਾ ਹੈ, ਜਿਹੜਾ ਮਾਲਕ ਨੂੰ ਮਿਲਣ ਦੀ ਇੱਛਾ ਰੱਖਦਾ ਹੈ, ਤੇ ਗਰੀਬ ਨਵਾਜ਼ ਕਿਰਪਾ ਕਰਦੇ ਜ਼ਰੂਰ, ਭਾਵਨਾ ਬਣਾ ਕੇ, ਸ਼ਰਧਾ ਬਣਾ ਕੇ ਅਸੀਂ ਵੀ ਮਾਲਕ ਦੇ ਦੀਦਾਰ ਦੀ ਮੰਗ ਕਰੀਏ, ਮਾਲਕ ਨੂੰ ਸਿਮਰਨ ਦੀ ਮੰਗ ਕਰੀਏ, ਤੇ ਕਿਰਪਾ ਕਰਦੇ ਨੇ ਮਹਾਰਾਜ। ਸਰ ਸੰਗਤ ਜੀ, ਜਦੋਂ ਭਜਨ ਕਰਦਾ, ਸਿਮਰਨ ਕਰਦਾ ਜੀਵ, ਅਭਿਆਸ ਕਰਦਾ ਹੈ, ਐਸੀ ਅਵਸਥਾ ਜਦੋਂ ਬਣਦੀ ਏ, ਫਿਰ ਐਸੇ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੇ ਪ੍ਰਥਾਏ, ਐਸੀਆਂ ਧਾਰਨਾ, ਐਸੀਆਂ ਗਾਥਾਵਾਂ ਗਾਈਆਂ ਜਾਂਦੀਆਂ, ਫਿਰ ਉਹਨਾਂ ਦੇ ਜਸ ਗਾਏ ਜਾਂਦੇ ਨੇ। ਸਰ ਸੰਗਤ ਜੀ, ਦੁਨੀਆਂ ਤਾਂ ਕੀ, ਰਾਜੇ ਮਹਾਰਾਜੇ ਸਿਜਦੇ ਕਰਦੇ ਨੇ ਐਸੇ ਮਹਾਂਪੁਰਸ਼ਾਂ ਨੂੰ, ਹਮੇਸ਼ਾ ਪੜ੍ਹੀ ਤੇ ਬੋਲਿਓ ਸਾਰੇ ਗੱਜ ਵੱਜ ਕੇ। ਆਓ ਮੈਂ ਕਰਾਂ ਸਮਾਪਤੀ। ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ, ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ, ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ, ਇਹ ਦਰ ਫਕੀਰਾਂ ਆਉਂਦੇ ਰਾਜੇ, ਇਹ ਦਰ ਫਕੀਰਾਂ ਦਾ।
ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਓ ਦੱਸਾ ਆਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੱਸਾ ਆਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਨੰਗੇ ਪੈਰੀ ਜਾਣਾ ਪੈਂਦਾ ਚੌਖਟ ਫਕੀਰਾਂ ਵਾਲੀ ਮੇਰੀ ਜਾਣਾ ਪੈਂਦਾ ਚੌਖਟ ਫਕੀਰਾਂ ਵਾਲੀ ਓ ਨੰਗੇ ਪੈਰੀ ਜਾਣਾ ਪੈਂਦਾ ਚੌਖਟ ਫਕੀਰਾਂ ਵਾਲੀ ਨੰਗੇ ਪੈਰੀ ਜਾਣਾ ਪੈਂਦਾ ਚੌਖਟ ਫਕੀਰਾਂ ਵਾਲੀ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰੋਹ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਵਿੱਚ ਸਦਾ ਮੇਲੇ ਲੱਗਦੇ ਰਹਿੰਦੇ
ਹਰ ਸਾਲ ਦੀ ਤਰ੍ਹਾਂ ਤੁਸੀਂ ਸਾਰੇ ਸਤਸੰਗਤ ਜੀ ਬਹੁਤ ਉਤਸ਼ਾਹ ਨਾਲ ਹਾਜ਼ਰੀਆਂ ਭਰਦੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਵਿੱਚ ਸ਼ਾਮਿਲ ਹੋਵੋ, ਅੰਮ੍ਰਿਤ ਛਕੋ, ਮਾਤਾ ਸਾਹਿਬ ਕੌਰ ਜੀ ਦੀ ਗੋਦ ਦੇ ਸ਼ਿਕਾਰ ਬਣੋ। ਜਿਹਨਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਜਹਾਜ਼ੇ ਚੜ੍ਹੋ। ਸੰਗਤ ਕਰਨ ਦਾ, ਗੁਰਦੁਆਰੇ ਜਾਣ ਦਾ, ਕਥਾ ਸੁਣਨ ਦਾ, ਕੀਰਤਨ ਸੁਣਨ ਦਾ ਤਾਂ ਹੀ ਫਲ ਹੈ, ਤਾਂ ਹੀ ਫਾਇਦਾ ਹੈ ਜੇ ਅਸੀਂ ਮਹਾਰਾਜ ਦੇ ਬਚਨ ਕਮਾਵਾਂਗੇ, ਯਤਨ ਕਰੀਏ। ਸਾਰੇ ਬਚਨ ਨਹੀਂ ਕਮਾ ਸਕਦੇ, ਜ਼ਿੰਦਗੀ 'ਚ ਇੱਕ ਅੱਧਾ ਬਚਨ ਆਪਣੇ 'ਤੇ ਲਾਗੂ ਕਰ ਲਈਏ, ਜੀਵਨ ਸੁਧਰ ਜਾਂਦਾ, ਜੀਵਨ ਸਫਲ ਹੋ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ।